ਹੈਲੋ ਜੀ, ਸਤਿ ਸ਼੍ਰੀ ਅਕਾਲ, ਵੈਲਕਮ ਬੈਕ ਟੂ ਮਾਈ ਚੈਨਲ। ਹੋਰ ਸੁਣਾਓ ਜੀ, ਸਾਰਿਆਂ ਦਾ ਕੀ ਹਾਲ ਚਾਲ ਹੈ? ਅਤੇ ਅੱਜ ਮੈਂ ਕਾਫੀ ਮਹੀਨਿਆਂ ਬਾਅਦ ਵੀਡੀਓ ਬਣਾਉਣ ਲੱਗੀ ਹਾਂ। ਉਹਦੀ ਵਜ੍ਹਾ ਇਹ ਕਿ ਮੇਰੇ ਮੰਮੀ ਹੋ ਗਏ ਸੀ ਬਿਮਾਰ, ਅਤੇ ਅੱਜ ਮੈਂ ਵੀਡੀਓ ਇਸ ਕਰਕੇ ਵੀ ਬਣਾ ਰਹੀ ਹਾਂ ਕਿਉਂਕਿ ਸਹਿਜ ਅਮਨ ਵਲੌਗਸ ਵਾਲੇ ਜਿਹੜੇ ਅਮਨ ਆ, ਉਹਨਾਂ ਦੇ ਹਸਬੈਂਡ ਅਤੇ ਉਹਨਾਂ ਦੀ ਫੈਮਿਲੀ ਜਿਹੜੀ ਆ ਉਹ ਆਪਣੀ ਮੰਮਾ ਕੋਲ ਆਏ ਹੋਏ ਆ, ਅਤੇ ਮੈਂ ਅੱਜ ਉਹਨਾਂ ਨੂੰ ਮਿਲਣ ਜਾਵਾਂਗੀ। ਮਿਲ ਕੇ ਤਾਂ ਮੈਂ ਪਹਿਲਾਂ ਵੀ ਆਈ ਉਹਨਾਂ ਨੂੰ ਇੱਕ ਦੋ ਵਾਰੀ, ਲੇਕਿਨ ਅੱਜ ਫਿਰ ਜਾ ਰਹੀ ਹਾਂ ਮਿਲਣ। ਇਸ ਕਰਕੇ ਫਟਾਫਟ ਮੈਂ ਹੁਣ ਲੰਚ ਬਣਾ ਲਿਆ, ਅਤੇ ਲੰਚ ਬਣਾ ਕੇ ਫਿਰ ਮੈਂ ਫਰੈਸ਼ ਹੋ ਕੇ ਅਤੇ ਉਹਨਾਂ ਨੂੰ ਮਿਲਣ ਜਾਵਾਂਗੀ, ਅਤੇ ਧਰਨਾ ਨਾਲ ਵੀ ਉਹਨਾਂ ਦੀ ਗੱਲਬਾਤ ਕਰਾਵਾਂਗੇ। ਅਤੇ ਵਲੌਗ ਦੇ ਨਾਲ ਐਂਡ ਤੱਕ ਬਣੇ ਰਹੋ। ਮੰਮੀ ਦਿਖਾਉਣੀ ਕੀ ਕਰਦੇ ਆ, ਇੱਧਰ ਮੈਂ ਭਿੰਡੀਆਂ ਬਣਾ ਲਈਆਂ ਮੰਮੀ ਜੀ ਵਾਸਤੇ, ਬਣਦੀਆਂ ਪਈਆਂ ਨੇ ਕਿਉਂਕਿ ਮੰਮੀ ਦੀਆਂ ਭਿੰਡੀਆਂ ਜਿਹੜੀਆਂ ਫੇਵਰੇਟ ਹੈ। ਅਤੇ ਚਲੋ ਮੈਂ ਤੁਹਾਨੂੰ ਦਿਖਾਉਂਦੀ ਹਾਂ ਮੰਮੀ ਕੀ ਕਰਦੇ ਆ। ਲਓ ਜੀ, ਤੁਸੀਂ ਦੇਖ ਸਕਦੇ ਆ ਮੇਰੀ ਮੰਮੀ ਦਾ ਮੂੰਹ ਕਿੰਨਾ ਖਰਾਬ ਹੋ ਚੁੱਕਾ ਆ। ਸਕਿਨ ਦੀ ਪ੍ਰੋਬਲਮ ਹੋ ਗਈ ਮੰਮੀ ਨੂੰ, ਕਿਸੇ ਮੈਡੀਸਨ ਦਾ ਨਾ ਸਾਈਡ ਇਫੈਕਟ ਹੋ ਗਿਆ, ਅਤੇ ਵੈਸੇ ਹੁਣ ਇਹਨਾਂ ਦੀ ਟ੍ਰੀਟਮੈਂਟ ਚੱਲ ਰਹੀ ਹੈ। ਡਾਕਟਰ ਕਹਿੰਦੇ ਥੋੜ੍ਹੇ ਦੇਰ ਬਾਅਦ ਆਪਣੇ ਆਪ ਹੀ ਠੀਕ ਹੋ ਜਾਣਾ ਆ। ਹਾਰਟ ਦੀ ਮਤਲਬ ਮੰਮੀ ਦੀ ਮੈਡੀਸਨ ਚੱਲਦੀ ਸੀ, ਉਹਦੇ ਨਾਲ ਹੀ ਮੰਮੀ ਨੂੰ ਇਹ ਸਾਰੀ ਪ੍ਰੋਬਲਮ ਹੋਈ ਆ। ਇਸ ਕਰਕੇ ਮੇਰੇ ਮੰਮੀ ਬਹੁਤ ਸੈਡ ਰਹਿੰਦੇ ਆ, ਕਹਿੰਦੇ ਮੇਰੀ ਖੂਬਸੂਰਤੀ ਖਰਾਬ ਹੋ ਗਈ। ਇਸ ਕਰਕੇ ਹੁਣ ਮੇਰੇ ਮੰਮੀ ਬੋਲਦੇ ਵੀ ਘੱਟ ਆ, ਬੋਲਣ ਨੂੰ ਅਸੀਂ ਤੋਦੇ ਰੱਖੇ ਆ। ਮੰਮੀ ਸਤਿ ਸ਼੍ਰੀ ਅਕਾਲ ਕਰ ਦਿਓ ਸਾਰਿਆਂ ਨੂੰ। ਅਤੇ ਅੱਜ ਮੈਂ ਕਿੱਥੇ ਚੱਲੀ ਦੱਸ ਦਿਓ। ਸਹਿਜ ਕੇ ਘਰ, ਸਹਿਜ ਅਮਨ ਹੈ ਨਾ, ਸਹਿਜ ਅਤੇ ਅਮਨ ਜਿਹੜੀਆਂ ਦੋ ਬੱਚੀਆਂ ਮਿਲ ਚੱਲੇ। ਹਾਂਜੀ, ਜਸਲੀਨ ਉਹਦੇ ਪਾਪਾ ਮੰਮੀ ਸਾਰੇ ਜਣੇ ਆਏ, ਅਸੀਂ ਉਹਨਾਂ ਨੂੰ ਮਿਲ ਕੇ ਆਉਣਾ ਅੱਜ। ਅਤੇ ਮੰਮੀ ਨੇ ਜ਼ਿਆਦਾ ਗੱਲ ਨਹੀਂ ਕਰਨੀ ਕਿਉਂਕਿ ਮੰਮੀ ਦਾ ਮੂਡ ਆਫ ਆ ਸਿਰਫ ਮੂੰਹ ਦੀ ਵਜ੍ਹਾ ਨਾਲ। ਪਲੀਜ਼ ਮੇਰੀ ਮੰਮੀ ਲਈ ਨਾ ਸਾਰੇ ਜਣੇ ਦੁਆ ਕਰਿਓ ਕਿ ਮੰਮੀ ਜਲਦੀ ਠੀਕ ਹੋ ਜਾਣ, ਮੰਮੀ ਮੇਰੀ ਦੀ ਖੂਬਸੂਰਤੀ ਪਹਿਲਾਂ ਵਰਗੀ ਹੋ ਜਾਵੇ, ਚਾਰ ਚੰਨ ਲੱਗ ਜਾਣ ਮੇਰੀ ਮੰਮੀ ਦੀ ਖੂਬਸੂਰਤੀ ਨੂੰ। ਹਾਂਜੀ, ਦੇਖੋ ਜੀ, ਮੈਂ ਪਹੁੰਚ ਚੁੱਕੀ ਹਾਂ ਅਮਨ ਉਹਨਾਂ ਦੇ ਕੋਲ, ਅਤੇ ਇੱਧਰ ਸਾਡੀ ਸਵੀਟ ਸਵੀਟ ਜੀ ਚੈਜੂ ਜਸਲੀਨ, ਅਤੇ ਇੱਧਰ ਬੈਠੇ ਆ ਭਾਜੀ, ਅਤੇ ਬਹੁਤ ਖੁਸ਼ੀ ਹੋਈ ਮਿਲ ਕੇ, ਬਹੁਤ ਜ਼ਿਆਦਾ ਨਾਈਸ ਆ, ਬਹੁਤ ਜ਼ਿਆਦਾ ਜਿੰਨੇ ਮਤਲਬ ਦੇਖਣ 'ਚ ਵੀਡੀਓ 'ਚ ਤੁਸੀਂ ਵਧੀਆ ਲੱਗਦੇ ਆ, ਉਹ ਤੋਂ ਜ਼ਿਆਦਾ ਵਧੀਆ ਤੁਸੀਂ ਲਾਈਵ ਦੇ ਵਿੱਚ ਲੱਗਦੇ ਆ। ਹਾਂਜੀ, ਅਤੇ ਮੈਂ ਸਾਰਿਆਂ ਨੂੰ ਇਹ ਕਹੂੰਗੀ ਇਹਨਾਂ ਦੇ ਚੈਨਲ ਨੂੰ ਸਾਰੇ ਜੀ ਸਪੋਰਟ ਕਰੋ, ਬਹੁਤ ਨਾਈਸ ਫੈਮਿਲੀ ਆ। ਇੱਧਰ ਉੱਧਰ ਤੁਸੀਂ ਨਾ ਲੋਕਾਂ ਨੂੰ ਕਰਦੇ ਰਹਿੰਦੇ ਆ, ਮਤਲਬ ਦਾਨ ਕਰਦੇ ਆ ਜਾਂ ਕੁਛ ਵੀ ਲੰਗਰ ਲਗਾਉਂਦੇ ਰਹਿੰਦੇ, ਜਾਂ ਜਿਹੜੇ ਬੰਦੇ ਨੂੰ ਹੈਲਪ ਦੀ ਲੋੜ ਆ ਉਹਦੀ ਹੈਲਪ ਕਰੋ। ਨਹੀਂ ਭਾਅ ਜੀ, ਜਿਹੜੇ ਬੰਦੇ ਨੂੰ ਹੈਲਪ ਦੀ ਲੋੜ ਆ ਨਾ ਉਹਨੂੰ ਹੈਲਪ, ਅਤੇ ਬੈਡ ਕਮੈਂਟ ਪਲੀਜ਼ ਨਾ ਕਰਿਆ ਕਰੋ ਇਹਨਾਂ ਨੂੰ ਕਦੀ ਵੀ, ਗਲਤੀ ਆ ਤੁਹਾਡੀ। ਹਾਂ ਨਹੀਂ, ਤੁਸੀਂ ਯਾਰ ਪਤਾ ਕੀ ਮੈਂ ਕਹਿੰਦੀ, ਤੁਸੀਂ ਕਿਹੜਾ ਕੋਈ ਜਿਹੜਾ ਮਤਲਬ ਤੁਹਾਨੂੰ ਬੈਡ ਕਮੈਂਟ ਕਰਦਾ, ਉਹ ਕਿਹੜਾ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਰਾਸ਼ਨ ਪਵਾ ਕੇ ਦਿੰਦਾ ਜਾਂ ਤੁਹਾਡੇ ਬਿੱਲ ਦਾ ਬਿੱਲ ਦਿੰਦਾ ਜਾਂ ਕੁਛ ਵੀ ਹੈ ਨਾ, ਲੇਕਿਨ ਉਹਨਾਂ ਦੀ ਗਲਤੀ ਜੈਲਸੀ। ਹਾਂ, ਆਪਣੇ ਕੋਲੋਂ ਕੁਛ ਹੁੰਦਾ ਨਹੀਂ, ਕਿਸੇ ਨੂੰ ਬਰਦਾਸ਼ਤ ਨਹੀਂ ਕਰਨਾ ਇਹਨਾਂ ਨੇ। ਔਰ YouTube ਦੀ ਕਮਾਈ ਦੱਸਣਾ ਪੈਂਦੇ ਆ, ਉਹ ਵੀ ਕਿਹੜਾ ਕਰਨੀ ਸੌਖੀ ਹੈ। ਹਾਂਜੀ ਹਾਂਜੀ, ਕਿੰਨੇ ਹਾਰਡ ਵਰਕ ਤੁਸੀਂ ਕਰਦੇ ਆ ਨਾ ਸਾਰੇ ਜਣੇ, ਬਿਲਕੁਲ ਬਿਲਕੁਲ ਬਿਲਕੁਲ। ਹਾਂ, ਬਾਕੀ ਫਿਰ ਵੀ ਪਰਮਾਤਮਾ ਦੀ ਕਿਰਪਾ ਕਿ ਸਾਡਾ ਘਰ ਦਾ ਰਾਸ਼ੀ ਮਾਨੀ ਵਧੀਆ ਕੰਮ ਚੱਲਦਾ ਤੁਰਿਆ ਹੈਗਾ, ਤੇ ਬਾਕੀ ਫਿਰ ਸ਼ੁਕਰਾਨਾ ਕਰਦੇ ਪਰਮਾਤਮਾ ਦਾ। ਹਾਂਜੀ, ਸਭ ਤੋਂ ਵੱਡਾ ਪਰਮਾਤਮਾ ਦਾ ਸ਼ੁਕਰਾਨਾ। ਤੇ ਆ ਸਾਡਾ ਸਹਿਜੂ ਪੋਤਾ ਬਹੁਤ ਕਿਊਟ ਆ, ਬਹੁਤ ਜ਼ਿਆਦਾ, ਜਦੋਂ ਅਸੀਂ ਵੀਡੀਓ ਵਿੱਚ ਦੇਖਦੇ ਹਾਂ ਉਸ ਤੋਂ ਵੀ ਜ਼ਿਆਦਾ ਕਿਊਟ ਹੈ, ਅਤੇ ਅਮਨ ਸਭ ਤੋਂ ਜ਼ਿਆਦਾ ਕਿਊਟ ਆ। ਇੱਧਰ ਸਾਡੀ ਜਸਲੀਨ, ਅਮਨ ਕੁਛ ਕਹਿਣਾ ਚਾਹੁੰਦੇ ਤੁਸੀਂ? ਮੈਂ ਬਸ ਇਹੀ ਕਹਿਣਾ ਚਾਹੁੰਦੀ ਹਾਂ ਕਿ ਦੀਦੀ ਦਾ ਮੈਨੂੰ
ਬਹੁਤ ਵਧੀਆ ਸੁਭਾਅ ਲੱਗਾ, ਇੰਨੇ ਚੰਗੇ ਆ, ਪਰ ਆਪਣਾ ਫੇਸ ਤਾਂ ਨਹੀਂ ਦਿਖਾਉਂਦੇ, ਬਟ ਬਹੁਤ ਜ਼ਿਆਦਾ ਚੰਗੇ ਆ, ਆਪਣੇ ਤੋਂ ਵੱਧ ਕੇ ਆ ਬਹੁਤ ਜ਼ਿਆਦਾ, ਇੰਨਾ ਵਧੀਆ ਨਾਈਸ ਨਾ ਉਹਦਾ ਸੁਭਾਅ ਆ, ਕਿਤੇ ਮੈਨੂੰ ਕੋਈ ਮਿਲਿਆ ਨਹੀਂ ਇੱਦਾਂ। ਤੁਸੀਂ ਬਹੁਤ ਨਾਈਸ ਹੋ ਨਾ, ਇਸ ਕਰਕੇ ਮੈਂ ਤੁਹਾਨੂੰ ਨਾਈਸ ਲੱਗਦੀ ਹਾਂ। ਬਾਕੀ ਤੁਹਾਡੀ ਸਾਰੀ ਫੈਮਿਲੀ ਬਹੁਤ ਮਤਲਬ ਵਧੀਆ ਹੈ, ਤੁਹਾਡੇ ਮੰਮੀ ਮਤਲਬ ਮਦਰ ਇਨ ਲਾਓ ਤੁਹਾਡੇ, ਅਤੇ ਤੁਹਾਡੇ ਸਹੁਰਾ ਸਾਹਿਬ। ਬਾਕੀ ਤੁਸੀਂ ਘਰ ਦੇ ਵਿੱਚ ਰਹਿ ਕੇ ਮਿਹਨਤ ਕਰਦੇ ਆ, ਆਪਣੀ ਮਿਹਨਤ ਦੇ ਨਾਲ ਸਭ ਕੁਝ ਬਣਾ ਰਹੇ ਆ, ਲੋਕਾਂ ਕੋਲ ਉਹੀ ਨਹੀਂ ਬਰਦਾਸ਼ਤ ਹੁੰਦਾ। ਹਾਂ ਹਾਂਜੀ ਹਾਂਜੀ, ਲੋਕਾਂ ਦੀ ਸੋਚ ਬਹੁਤ ਘਟੀਆ ਆ। ਹਾਂਜੀ ਹਾਂਜੀ ਹਾਂਜੀ, ਨਹੀਂ ਮੈਂ ਤਾਂ ਇਹੀ ਕਹੂੰਗੀ ਜਿੱਥੋਂ ਤੱਕ ਮੇਰੇ ਕੋਲ ਹੋ ਸਕਦਾ ਮੈਂ ਤੁਹਾਡੀ ਹੈਲਪ ਕਰੂੰਗੀ, ਸਪੋਰਟ ਕਰੂੰਗੀ ਨਾ, ਮਤਲਬ ਤੁਸੀਂ ਮੈਨੂੰ ਇੱਕ ਹੁਣ ਫੈਮਿਲੀ ਵਾਂਗ ਆ। ਕਦੀ ਇੱਦਾਂ ਨਹੀਂ ਲੱਗਿਆ ਕਿ ਤੁਸੀਂ ਵਲੋਗਰ ਆ ਜਾਂ ਵਲੋਗਿੰਗ ਕਰਦੇ, ਤਾਂ ਮੈਨੂੰ ਤੁਹਾਨੂੰ ਮਤਲਬ ਤੁਹਾਡੀਆਂ ਵੀਡੀਓ ਦੇਖ ਕੇ ਬੰਦੇ ਤਾਂ ਪਤਾ ਲੱਗ ਜਾਂਦਾ ਕਿ ਤੁਹਾਡੀ ਨੇਚਰ ਕਿੱਦਾਂ ਦੀ ਆ। ਬਾਕੀ ਤੁਹਾਡੇ ਮੰਮੀ ਡੈਡੀ ਵੀ ਬਹੁਤ ਚੰਗੇ ਆ। ਬਾਕੀ ਘਰ ਦੀ ਗੱਲ ਆ ਨਾ, ਹਰ ਇੱਕ ਜਿਹੜਾ ਪੈਦਾਇਸ਼ੀ ਕੋਈ ਉਹ ਨਹੀਂ ਰਹੀ ਹੁੰਦਾ ਕਿ ਟਾਟਾ ਬਿਰਲਾ ਕੋਈ ਪੈਦਾਇਸ਼ੀ ਹੁੰਦਾ ਨਾ, ਮਿਹਨਤ ਕਰ ਕਰਕੇ ਉੱਪਰ ਸਾਰੇ ਜਾਂਦੇ ਆ, ਅਤੇ ਹੌਲੀ ਹੌਲੀ ਤੁਹਾਡੀ ਵੀ ਤਰੱਕੀ ਹੋ ਰਹੀ ਆ, ਅਤੇ ਮੈਂ ਕਹਿੰਦੀ ਹਾਂ ਉਹ ਤੋਂ ਵੀ ਜ਼ਿਆਦਾ ਹੋਣੀ, ਅੱਗੇ ਤੋਂ ਅੱਗੇ ਸਾਰੇ ਦੇਖਦੇ ਰਹਿਣਗੇ ਕਿ ਇਹਨਾਂ ਨੇ ਆਪਣੇ ਬਲਬੂਤੇ 'ਤੇ ਕਿੰਨਾ ਕੁਛ ਬਣਾ ਲਿਆ। ਹਾਂਜੀ 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 ਹਾਂ, ਬਾਕੀ ਅੰਡਰਸਟੈਂਡਿੰਗ ਤੁਹਾਡੀ ਦੋਨਾਂ ਦੀ ਬਹੁਤ ਆ ਨਾ, ਤੁਹਾਡੀ ਫੈਮਿਲੀ ਸਾਰੀ ਬਹੁਤ ਨਾਈਸ ਆ, ਮੇਨ ਗੱਲ ਅੰਡਰਸਟੈਂਡਿੰਗ ਦੀ ਹੁੰਦੀ ਹੈ ਇੱਕ ਦੂਸਰੇ ਨੂੰ ਕੋਆਪਰੇਟ ਕਰਨਾ। ਹਾਂਜੀ ਚਲੋ, ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ, ਅਤੇ ਇਹਨਾਂ ਨੂੰ ਘਰੇ ਵੀ ਇਨਵਾਈਟ ਕਰਾਂਗੀ ਮੈਂ ਜ਼ਰੂਰ, ਅਤੇ ਮਿਲਣ ਵੀ ਜਾਵਾਂਗੇ, ਅਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਓਕੇ ਜੀ, ਫਿਰ ਮਿਲਾਂਗੇ ਇੱਕ ਵਾਰੀ ਨਾ, ਥੈਂਕ ਯੂ, ਚਾਜੀ ਬਾਏ।